ਸੋ ਸਤਿ ਸ਼੍ਰੀ ਅਕਾਲ ਗਾਇਸ ਅੱਜ ਆਪਾਂ ਚੱਲੇ ਹਾਂ ਸੰਤੋਸਾ ਉੱਥੇ ਮਨਪ੍ਰੀਤ ਸਿੰਘ ਅਤੇ ਇੱਕ ਹੋਰ ਸ਼ਖਸੀਅਤ ਉੱਘੀ ਸ਼ਖਸੀਅਤ ਪੰਥ ਦੀ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਾਵਾਂਗੇ ਅੱਜ ਦਿਨ ਥੋੜ੍ਹਾ ਜਿਹਾ ਰੇਨੀ ਹੈ ਜਿੱਦਾਂ ਬਟ ਆਈ ਹੋਪ ਕਿ ਇਟਸ ਅ ਨਾਈਟ ਸਟੇ ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਵਿਵੋ ਸਿਟੀ ਮਾਲ ਦਿਸ ਇਜ਼ ਦ ਮਾਲ Tungus, very expensive. And now I'm searching Manpreet Singh Manna. I don't know where he's. वैसे साढ़े लोग जाने दे मॉल भी माड़े नहीं हैगे मतलब ये अपनी खाते चलो बट ठीक है जिता ना ਅੰਤ ਦੀ ਸਿਰ ਅਕਾਡਮੀ ਸ਼ਖਸੀਅਤ ਤੋਂ ਤੁਰੀ ਆ ਰਹੀ ਹੈ ਅੱਜ ਇਹਨਾਂ ਨੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਕਹਿੰਦੇ ਬਹੁਤ ਸਜਿਓ ਅੱਜ ਬਹੁਤ ਮਹਿੰਗੀ ਟੀ ਸ਼ਰਟ ਝੱਗਾ ਪਾ ਲਿਆ ਆ ਡੇਢ ਦੋ ਸੌ ਦਾ ਝੱਗਾ ਲੈ ਕੇ ਆਇਆ ਜੀ ਮੈਨੂੰ ਸਮਝ ਨਹੀਂ ਆਈ ਵੀ ਇਹਦੇ ਵਿੱਚ ਹੈ ਕੀ ਹੈ ਪਰ ਚਲੋ ਆਪਾਂ ਤਰੀਕ ਪੂਰੀ ਕੀਤੀ ਹੈ ਵੀ ਬਹੁਤ ਵਧੀਆ ਝੱਗਾ ਵਾਹ ਖਾਲਸਾ ਫਤਿਹ ਕਾਹਦੀ ਲਓ ਜੀ ਆਪਾਂ ਆ ਗਏ ਹਾਂ ਸੁਪਰ ਪ੍ਰਾਈਸ ਸਟੋਰ ਦੇ ਵਿੱਚ ਹਾਂਜੀ ਇਕੱਲਾ ਹੀ ਹਾਂ ਮੈਂ ਅੱਛਾ ਵੀਡੀਓ ਕਾਲ ਤੇ ਕੌਣ ਹਾਂਜੀ ਥੈਂਕ ਯੂ ਅੱਛਾ ਤੁਸੀਂ ਬਹੁਤ ਬਹੁਤ ਸੋ ਮਨਾ ਜੀ ਕਰਨ ਲੱਗੇ ਸੋਰੀ ਜਾਲ ਚੱਗੇ ਮੈਨੂੰ ਘੱਟ ਹੀ ਪਸੰਦ ਆਇਆ ਕਦੇ ਇਹਨਾਂ ਦਾ ਵੈਸੇ ਕਿ ਲੱਗ ਰਹੇ ਆ ਇੱਕ ਦੋ ਮਿੰਟ ਦੋ ਚਾਰ ਠੀਕ ਲੱਗ ਰਹੇ ਆ ਪਰ ਮਹਿੰਗੇ ਇੰਨੇ ਕੁ ਹੁੰਦੇ ਵੀ ਬੰਦਾ ਕਹਿੰਦਾ ਛੱਡ ਪਰੇ ਹੁਣ ਅੰਗਰੇਜ਼ੀ 'ਚ ਮੰਨਾ ਜੀ ਜੋ ਉਲਝ ਰਹੇ ਨੇ ਅੰਗਰੇਜ਼ੀ ਨਾਲ ਕੀ ਬਣਿਆ ਜੀ ਪੈ ਗਈ ਦੀਦੀ ਦੀਦੀ ਉੱਡ ਕੇ ਪੈ ਗਈ ਮੈਨੂੰ ਟਰਾਈ ਕਰ ਰਹੇ ਆ ਪਰ ਲੱਭਣਾ ਲੱਭਣਾ ਮੈਨੂੰ ਕੁਛ ਨਹੀਂ ਮੈਨੂੰ ਪਤਾ ਹਾਂਜੀ ਬਣੀ ਕੋਈ ਗੱਲ ਪਤਾ ਇੱਦਾਂ ਲੱਗਦਾ ਜੇ ਪੁਰਾਣੇ ਹੁੰਦੇ ਧੋ ਧੋ ਰੱਖੀ ਹੁੰਦੀ ਜਿਵੇਂ ਲੱਕਦਾਂ ਤਕਰੀਬਨ ਇੱਕ ਘੰਟੇ ਤੋਂ ਅੱਗੇ ਟਰਾਈ ਕੀਤੇ ਜਾ ਰਹੇ ਆ ਜੀ ਆਪ ਪਸੰਦ ਕੀਤਾ ਹੈ ਹੁਣ ਪਤਾ ਨਹੀਂ ਲੈਣਾ ਕਿ ਨਹੀਂ ਆਪਾਂ ਆ ਚੁੱਕੇ ਹਾਂ ਪਤਾ ਨਹੀਂ ਇਹਨੂੰ LRT ਕਹਿੰਦੇ ਆ LRT ਸਟੇਸ਼ਨ ਇੱਥੇ ਹੁਣ ਟ੍ਰੇਨ ਆਊਗੀ ਉਸ ਤੋਂ ਬਾਅਦ ਆਪਾਂ ਹੋ ਜਾਵਾਂਗੇ ਸੰਤੋਸ਼ੇ ਵੱਲ ਨੂੰ ਠੀਕ ਹੈ ਜੀ ਫੋਨ 'ਤੇ ਮੈਂ ਬਣਾ ਰਿਹਾ ਬਲੌਗ ਮੈਨੂੰ ਵਧੀਆ ਲੱਗ ਰਿਹਾ ਕੈਮਰਾ ਦਾ ਦੇਖੋ ਬੰਦੇ ਐਟਮਾਂ ਦਿਖਾਉਣ ਲੱਗੇ ਨੇ ਝੱਗਾ ਲੈ ਲਿਆ ਗਿਆ ਇੱਕ ਪਰ ਪਾਇਆ ਨਹੀਂ ਹੈ ਜੀ ਝੱਗਾ ਲੈ ਲਿਆ ਗਿਆ ਪਰ ਪਾਇਆ ਨਹੀਂ ਗਿਆ ਹੈਗਾ ਸਿੰਗਾਪੁਰ ਦਾ ਪੋਰਟ ਕਹਿੰਦੇ ਆ ਨਾ ਹਾਂ ਜਿੱਥੇ ਆ ਕੇ ਲੋਕ ਆਪਣਾ ਸਮਾਨ ਸਮੂਨ ਕੋਰੀਅਰ ਨਹੀਂ ਕੋਰੀਅਰ ਸਰਵਿਸਿਸ ਕੰਟੇਨਰਸ ਆ ਜਾਂਦੇ ਆ ਕੰਟੇਨਰ ਸੰਪਰਕ ਇਹ ਸਾਰਾ ਕੰਮ ਇੱਥੇ ਹੁੰਦਾ ਆ ਹਾਂ ਉਹ ਸਾਰਾ ਜਿਹੜਾ ਮਰੀਨਾ ਬੇ ਸਾਈਟ ਆਹ ਹੈਗਾ ਇੱਥੇ ਪੋਰਟ ਹੈ ਜੀ ਸਮੁੰਦਰ ਤੇ ਬੜਾ ਕੁਛ ਰਹਿ ਹੀ ਗਿਆ ਉਹ ਉੱਥੋਂ ਆਏ ਆਪਾਂ ਟਿੰਗ ਟਿੰਗ ਆਇਆ ਸੰਤੋਸ਼ਾ ਇੱਥੇ ਯੂਨੀਵਰਸਲ ਸਟੂਡੀਓ ਵੀ ਆਉਣਾ
ਆ ਪਤਾ ਨਹੀਂ ਕੀ ਹੈ ਵਿਚਾਲੇ ਖੰਡਰ ਜਾ जे उत्थे जाना तो अपन जल्दी मतलब निकलना पैना इन्ने शॉर्ट टाइम च अहीं पैसे नहीं पूरे कर सकने अपने गल तो उही है ना पैसे पूरे करने हूँ आप अंदर बढ़ लगे होए 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 गुफा अंदर Oh my God! Near by here, near. Oh yeah, yeah. जिन्हें Universal Studio जाना, वो इतने उतर सकता है, पर ऐसी नहीं जाना सिर्फ करके इसी इतने नहीं उतराऊंगी. ये एक Singapore का one of the famous tourist place. ਇੱਥੇ ਲੋਕ ਬਹੁਤ ਆਉਂਦੇ ਜਾਂਦੇ ਆ ਪਰ ਹੁਣ ਕੋਵਿਡ ਕਰਕੇ ਲੋਕ ਘੱਟ ਆ ਜਾ ਰਹੇ ਆ ਇਸ ਕਰਕੇ ਥੋੜ੍ਹਾ ਸੁੰਨ ਸੁਨਾਟਾ ਜਿਹਾ ਆ ਸਤਿ ਸ਼੍ਰੀ ਅਕਾਲ ਸੋ ਆਪਾਂ ਸੀਗੇ 1620 ਥੋੜ੍ਹਾ ਤੋਂ ਤੁਰ ਚੁੱਕੀ ਹੈ ਗੱਡੀ ना लगता है कि इंडिया पर यह है इंडिया इंडिया स्टेशन इंडिया 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 स्टेशन ठीक है जुलाई च फुल दिवाली दिवाली में समर्पित की इन्होंने लगता नवे बने जो कुछ ना कुछ नवा बना दे भी बनाई जाते वेरी फास्ट पीपल बहुत तेज है काम करने दिन च ही नक्शा बदल देंगे Oh, that is the samundar. Beach station. A light here for one. You're very near to beach. Oh, 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 I'm gonna keep it on again. Please mind the platform. This is the way to go to beach. है जी अंदर जाके हाँ जी हाँ जी टका टक आ हैगा जी इंडोर स्काई डाइविंग समथिंग इधर ना वो है नहीं गा की कहते ग्रेविटी नहीं है लैस मतलब जीरो ग्रेविटी सो बंदा ये जाके उड़न लग जाता करांगे ट्राई करें आगे सारा बीच है ठीक है आप पहुंच चुके हैं जी केड़ा बीच है हैं केड़ा बीच है संतोषा हाँ संतोषा तो ये संतोषा बीच है जी एंड आप पहुंच चुके हैं तो अगे अगे तो जोड़े भी दृश्य घुमा के दिखा रहे हैं सो आ खान पीन वाली चीज़ा ने झूले ने ओ ओ अच्छा ओ देखो जी समुद्र क्या बात बड़ा नज़ारा वाह 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 यार समुद्र तो बड़ा तानू आया फिर तो है जी वाह ये तो बाहर उन्होंने फिर दस अंदर हाँ जी बहुत करो अपनी देता बड़ा मन खराब हुआ है मन केड़ी गलों खराब है पिछली बार आए थी तो वेजिटेरियन दिया सात आठ हेड मस्जिद अच्छा जी और हुने जिदा हुने आवाज के बनाई है ताजी नहीं मिलनी की जी हां आज आई तो कहंदे सारा कुछ बदल दता सिर्फ नॉन वेजिटेरियन हैगा या दो तीन चीजें दती और भी मशरूम 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 हर थां तो मशरूम पाया सी गई जड़ियां मतलब मुख दी गल भी सब्जी एको ही सी उनो कोले मशरूम
ਉਹ ਬੇੜਾ ਬਿਠਾ ਕੇ ਰੱਖਦਾ ਔਰ ਮਨ ਖੱਟਾ ਇੰਨਾ ਕੁ ਹੋਇਆ ਵੀ ਹਜੇ ਤੱਕ ਵੀ ਜਾ ਕੇ ਖੰਡ ਖਾਈਏ ਜਾ ਕੇ ਤਾਂ ਮਿੱਠਾ ਹੋ ਗਿਆ ਜੀ ਮਨ ਖੱਟਾ ਚਲੋ ਸ਼ੁਕਰ ਆ ਰੁਕ ਜਾ ਵੀਡੀਓ ਬਣਾਉਣਾ ਚਾਹੀਦਾ ਹਾਂ ਆਪਾਂ ਸੀਗੇ ਜੀ ਇੱਥੇ ਆਏ ਸੀ ਅਸੀਂ ਹਾਂ ਜੀ ਇਹ ਕੀ ਲਿਖਿਆ ਐਮਰਲਡ ਪਤਾ ਨਹੀਂ ਕੀ ਲਿਖਿਆ ਪਵਿਲੀਅਨ ਪਵਿਲੀਅਨ ਹਾਂ ਸਿਨੇਮੈਟਿਕ ਬਣਾਓ ਤਾਂ ਅਤੇ ਰੈਸਟੋਰੈਂਟ ਦੇ ਵਿੱਚ ਆਏ ਸੀਗੇ ਇੱਥੇ ਮਨਪ੍ਰੀਤ ਜੀ ਨੇ ਅੱਜ ਜਿਹੜਾ ਪ੍ਰੋਗਰਾਮ ਆਰੰਭਿਆ ਸੀ ਹਾਂ ਜੀ ਆਹ ਵੀਡੀਓ ਬਣਾ ਰਹੇ ਨੇ ਬੰਦੇ ਹੈ ਨਾ ਮਨ ਖੱਟਾ ਹੋਣ ਤੋਂ ਬਾਅਦ ਅਤੇ ਖਾਣ ਨੂੰ ਸਾਨੂੰ ਕੁਛ ਨਹੀਂ ਮਿਲਿਆ ਲੈ ਦੇ ਕੇ ਦੋ ਚੀਜ਼ਾਂ ਬਸ This stop is for Skyline Luge Sentosa, Free, Sandbar, Coasters, Bikini Bar, Ola Beach Club, and Go Green Cycle. For guests who are going for Luge and Skyride, please like here, Luge and Skyride. ਇਹਨਾਂ ਨੂੰ ਲੱਗਦਾ ਪਤਾ ਨਹੀਂ ਤਾਂ ਦੇਖੋ ਪਿਕਨੀ ਬੀਚ ਦੇ ਸਾਹਮਣੇ ਬੇਅਦਬੀ ਹੋ ਗਈ ਹੈ ਘੋਰ ਪਿਕਨੀ ਬੀਚ ਦੇ ਸਾਹਮਣੇ ਪਿਕਨੀ ਬੀਚ ਦੇ ਸਾਹਮਣੇ ਅਤੇ ਇਹਨਾਂ ਨੇ ਮਤਲਬ ਆਰਤੀ ਲਾਈ ਹੋ ਆ ਤੋ ਇਸ ਕਰਕੇ ਮੂੰਹ ਦੀ ਖਾ ਕੇ ਮੂੰਹ ਖੱਟਾ ਕਰਾ ਕੇ ਅਸੀਂ ਹੁਣ ਚੱਲੇ ਹਾਂ ਉੱਪਰ ਇੱਕ ਰੈਸਟੋਰੈਂਟ ਹੈਗਾ ਜਿਹੜਾ ਮੈਨੂੰ ਪਤਾ ਆ ਇੰਡੀਅਨ ਆਈਟਮ ਹੈਗਾ ਆ ਅਤੇ ਇੱਕ ਤੇ ਮਤਲਬ ਸੁਪਰ ਵਧੀਆ ਮਿਲ ਜਿਹੜਾ ਮੈਨੂੰ ਪਤਾ ਵਧੀਆ ਨੀਲ ਮਿਲ ਜਾਂਦੀ ਹੈ ਤੋ ਆਪਾਂ ਹੁਣ ਉੱਥੇ ਚੱਲੇ ਹਾਂ ਉੱਥੇ ਫਿਰ ਆਪਾਂ ਦੇਖ ਕੇ ਕੀ ਮਿਲਦਾ ਸਾਨੂੰ ਹੈ ਜੀ ਤੋ ਆਹ ਕਾਰ ਦੀ ਸਵਾਰੀ ਕਰਕੇ ਆਪਾਂ ਆਏ ਹਾਂ ਸਾਨੂੰ ਛੱਡ ਚੱਲੀ ਆ ਹੁਣ ਆਪਾਂ ਚੱਲੇ ਹਾਂ ਜਿੱਥੇ ਆਪਾਂ ਜਾਣਾ ਸੀ ਰੋਟੀ ਖਾਣ ਬੰਦੇ ਬੈਗ ਭੁੱਲ ਚੁੱਕੇ ਨੇ ਆਪਣਾ ਹਾਂਜੀ ਨਵੀਂ ਸ਼ਰਟ ਡੇਢ ਘੰਟਾ ਲਾ ਕੇ ਜਿਹੜੀ ਲਈ ਸੀ ਹੈ ਜੀ ਉਹ ਭੁੱਲ ਚੁੱਕੇ ਨੇ ਹੁਣ ਰੈਸਟੋਰੈਂਟ ਦੁਬਾਰਾ ਵਾਪਸ ਜਾਇਆ ਜਾ ਰਿਹਾ ਇਸ ਉਮੀਦ ਨਾਲ ਕਿ ਉਹ ਸਾਨੂੰ ਮਿਲ ਜੂਗੀ ਦੇਖੋ ਉਮੀਦਾਂ ਖਰੀਆਂ ਉਤਰਦੀਆਂ ਕਿ ਨਹੀਂ ਚਿਹਰੇ ਤਾਂ ਖੁਸ਼ੀ ਦੀ ਲਹਿਰ ਕਿਉਂਕਿ ਬੈਗ ਮਿਲ ਚੁੱਕਿਆ ਇੱਦਾਂ ਲੱਗਦਾ ਵੀ ਜਿਵੇਂ ਬਾਹਰ ਹੀ ਖੜੇ ਸੀ ਉਹ ਹਾਂਜੀ ਬੜੀ ਜਲਦੀ ਮਿਲ ਗਿਆ ਬੈਗ ਬੈਗ ਬੜੀ ਜਲਦੀ ਮਿਲ ਗਿਆ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਲੈ ਲਓ ਬੈਗ ਅੱਛਾ ਉਹਨੂੰ ਪਤਾ ਸੀ ਉਹਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿਉਂਕਿ ਪਤਾ ਸੀ ਕਿੰਨਾ ਸਾਡਾ ਪਸੀਨਾ ਨਿਕਲ ਗਿਆ ਗਰਮੀ ਨੇ ਮਾਰ ਛੱਡਿਆ ਆ ਨਾਲ ਹੀ ਆ ਬਸ ਸੋ ਮਿਲ ਗਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਦੇਖੋ ਗੋਲ ਗੋਲ ਘੁਮਾਇਆ ਜਾ ਰਿਹਾ ਹੈ ਜੀ ਸੋ ਬੈਗ ਮਿਲ ਗਿਆ ਸੋ ਬੜੀ ਮੂੰਹ ਦੀ ਖਾ ਗਏ ਅਸੀਂ ਬੜੀ ਖਤਾ ਖਾ ਕੇ ਹੁਣ ਅਸੀਂ ਵਾਪਸ ਚੱਲੇ ਹਾਂ ਲਿਟਲ ਇੰਡੀਆ ਵੱਲ ਨੂੰ ਕਿਉਂਕਿ ਸਾਨੂੰ ਜਿਹੜਾ ਅਸੀਂ ਜੋ ਖਾਣਾ ਸਾਨੂੰ ਉੱਥੇ ਹੀ ਮਿਲਣਾ ਹੈ ਵੈਜੀਟੇਰੀਅਨ ਹੈ ਨਾ ਜੀ ਸੋ ਆਪਾਂ ਉੱਥੇ ਚੱਲੇ ਹਾਂ ਹੁਣ ਤਿੰਨ ਆਪਸ਼ਨਸ ਨੇ ਬਾਲਾ ਜੀ ਐਂਡ ਓਕੇ ਠੀਕ ਹੈ ਸੋ ਆਪਾਂ ਚੱਲੇ ਹਾਂ ਬਾਲਾ ਜੀ ਜਾਂ ਫਿਰ ਗੋਕੁਲ ਅਤੇ ਜਾਂ ਕੈਲਾਸ਼ ਪਰਬਤ ਚਲੋ ਤਿੰਨਾਂ ਜਿਹੜੇ ਤਾਂ ਇੱਕ 'ਤੇ ਜਾਵਾਂਗੇ ਤਾਂ ਫਿਰ ਆਪਾਂ ਦੇਖਦੇ ਹਾਂ ਕਿਤੇ ਜਾਂਦੇ ਹਾਂ ਲਓ ਜੀ ਐਂਡ ਦੀ ਜਿਹੜੀ ਗੱਲ ਆ ਆਪਾਂ ਆ ਚੁੱਕੇ ਹਾਂ ਟਿਕਟ ਸੈਂਟਰ ਇਹ ਹੈਗਾ ਲਿਟਲ ਇੰਡੀਆ ਦੇ ਵਿੱਚ ਅਤੇ ਹੁਣ ਆਪਾਂ ਚੱਲੇ ਹਾਂ ਗੋਕੁਲ ਸੋ ਡਿਸਾਈਡ ਹੋਇਆ ਗੋਕੁਲ ਜਾਣਾ ਆਪਾਂ ਸੋ ਇਹ ਟਿਕਾ ਸੈਂਟਰ ਆਇਆ ਟਿਕਾ ਸੈਂਟਰ ਐਕਚੁਲੀ ਪਿੱਛੇ ਤਾਂ ਮਾਰਕੀਟ ਆ ਉੱਥੇ ਸਾਊਥ ਇੰਡੀਅਨ ਇੰਡੀਅਨ ਸਾਊਥ ਇੰਡੀਅਨ ਸਾਰਾ ਕੁਛ ਮਿਲ ਜਾਂਦਾ ਉੱਥੇ ਵੈਜੀਟੇਬਲ ਸਟੋਰਸ ਐਂਡ ਗਰੋਸਰੀ ਸਟੋਰਸ ਕੱਦੂ ਮਾਲਾ ਹਾਂਜੀ ਸਾਰੀ ਦਿਵਾਲੀ ਦੀ ਸਜਾਵਟ ਕੀਤੀ ਹੈ ਇਹ ਸਾਰਾ ਇਹਦਾ ਨਾਂ ਹੈ ਲਿਟਲ ਇੰਡੀਆ ਜਵੈਲਰੀ ਸ਼ਾਪਸ ਗੋਕੁਲ ਵੈਜੀਟੇਰੀਅਨ ਬਹੁਤ ਵਧੀਆ ਸਵਾਦ ਖਾਣਾ ਮਿਲਦਾ ਇੱਥੇ
हाँ जी, खाना खा लिया है, खाना खा के आप बाहर निकल चुके हैं। सुस्ती पै रही है क्योंकि ढिड भर चुका। सवेर का हुण कितना टाइम हो गया, 4 बजे ब्रेकफास्ट 4 बजे किया है। भुख मिटी है, नींद आ रही है हुण बहुत ज़्यादा। भाई साहब किधर नूं, हेलो किधर चले जी? ਅਤੇ ਹੁਣ ਆਪਾਂ ਸੋਚ ਰਹੇ ਹਾਂ ਵੀ ਆਪਾਂ ਘਰ ਚੱਲੀਏ ਵਾਪਸ, ਅਤੇ ਜਾ ਕੇ ਆਪਾਂ ਲੰਮੇ ਪਈਏ ਹੁਣ ਬਸ। ਤਕਰੀਬਨ ਇਹ ਸੀ ਅੱਜ ਦਾ ਜਿਹੜਾ ਕਿਸੇ ਜਿੱਥੇ ਵੀ ਆਪਾਂ ਗਏ ਹਾਂ ਬਾਹਰ, ਬਹੁਤ ਵਧੀਆ ਨਹੀਂ ਰਿਹਾ, ਬੜਾ ਅਜੀਬ ਜਿਹਾ ਐਕਸਪੀਰੀਅੰਸ ਸੀ ਇਹਦਾ, ਬੜਾ ਮੈਸੀ ਜਿਹਾ, ਲੀਜ਼ੀ ਜਿਹਾ, ਅਜੀਬ ਜਿਹਾ ਦਿਨ ਹੈ ਨਾ। ਜਿਹਦੇ ਉਸ ਤੋਂ ਪਹਿਲੇ ਨਿਕਲੇ ਲੋਕੇਸ਼ਨ ਵਧੀਆ ਨਹੀਂ ਸੀ, ਔਰ ਦੂਜਾ ਰੀਜ਼ਨ ਇਹ ਹੈ ਕਿ ਅਸੀਂ ਸਿਰਫ 2 ਜਣੇ ਸੀਗੇ, ਨਾਲ ਦਾ ਬੰਦਾ ਤਾਂ ਮੇਰਾ ਫੋਨ 'ਤੇ ਲੱਗਿਆ ਹੋਇਆ, ਜਦੋਂ ਦਾ ਮੈਂ ਘੱਟੋ ਘੱਟ 3-4 ਘੰਟੇ ਹੋ ਗਿਆ ਫੋਨ 'ਤੇ ਹੀ ਆ ਬੰਦਾ, ਧੰਨ ਨੇ ਬੰਦੇ। ਅਤੇ ਇਸ ਕਰਕੇ ਮੈਂ ਬੜਾ ਥੋੜ੍ਹਾ ਲੋਨਲੀ ਜਿਹਾ ਫੀਲ ਕਰ ਰਿਹਾ, ਸੋ ਬਟ ਠੀਕ ਹੈ, ਓਕੇ। ਸੋ ਫਾਈਨਲੀ ਡਨ, ਸੀ ਯੂ ਇਨ ਨੈਕਸਟ ਵਲੌਗ।